ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15 ਜੂਨ ਨੂੰ ਪਿੰਡ ਨਿਸ਼ਾਣਾ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ ਹੋਈ ਹੈ। ਇਹ 10 ਦਿਨਾਂ ਦਾ ਪ੍ਰੋਗਰਾਮ ਸੀ। 4 ਜੂਨ ਤੋਂ ਲੈ ਕੇ 15 ਜੂਨ ਤੱਕ ਇਹ ਪ੍ਰੋਗਰਾਮ ਚੱਲਿਆ। ਇਹਦੇ ਵਿੱਚ ਬੱਚਿਆਂ ਨੇ ਸਿੱਖ ਰਹਿਤ ਮਰਜ਼ਾਦਾ, ਇਤਿਹਾਸ ਅਤੇ ਗੁਰਬਾਣੀ ਦੀ ਨੌਲੇਜ ਲਈ। ਫਿਰ ਉਹਦੇ ਵਿੱਚ ਲਾਸਟ ਦੇ ਵਿੱਚ ਪੇਪਰ ਹੋਏ, ਚੰਗੀਆਂ ਪੁਜੀਸ਼ਨਾਂ ਆਈਆਂ ਅਤੇ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਹੈ, ਪੈਸੇ ਵੀ ਦਿੱਤੇ ਗਏ ਇਹਨਾਂ ਨੂੰ ਅਖੀਰ ਦੇ ਵਿੱਚ, ਜਿਹੜੇ ਬੱਚਿਆਂ ਨੇ ਫਸਟ, ਸੈਕਿੰਡ, ਥਰਡ ਪੁਜੀਸ਼ਨਾਂ ਲਈਆਂ। ਅਤੇ ਇਸੇ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਹੋਰ ਵੀ ਨਗਰਾਂ ਦੇ ਵਿੱਚ ਇਸੇ ਤਰ੍ਹਾਂ ਭਾਈ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਿਆ ਜਾਵੇ, ਕਲਾਸਾਂ ਲਾਈਆਂ ਜਾਣ ਤਾਂ ਕਿ ਬੱਚੇ ਨਸ਼ਿਆਂ ਤੋਂ ਮੁਕਤ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਪਿੰਡ ਮਛਾਣਾ ਵਿਖੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਵਿੱਚ 4/6/18 ਤੋਂ ਲੈ ਕੇ ਜੋ 14/6/18 ਤੱਕ ਗੁਰਮਤਿ ਸਿਖਲਾਈ ਕੈਂਪ ਲੱਗਿਆ ਸੀ, ਉਸ ਦਾ ਰਿਜ਼ਲਟ ਅਸੀਂ ਅੱਜ 15 ਤਰੀਕ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਮੀਟਿੰਗ ਵਿੱਚ ਸਮੂਹ ਨਗਰ ਵਾਸੀਆਂ ਦੀ ਸਾਰੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਅੱਜ ਰਿਜ਼ਲਟ ਪੇਸ਼ ਕੀਤਾ, ਜਿਸ ਵਿੱਚ ਕਿ ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸੇ ਲਏ। ਸੁਖਪ੍ਰੀਤ ਕੌਰ, ਸਪੁੱਤਰੀ ਜਗਤਾਰ ਸਿੰਘ, ਜਿਸ ਨੇ ਕਿ ਪਹਿਲੀ ਪੁਜੀਸ਼ਨ 95 ਵਿੱਚੋਂ 94 ਨੰਬਰ ਲੈ ਕੇ ਪਾਸ ਕੀਤੀ ਅਤੇ ਦੂਸਰੀ ਪੁਜੀਸ਼ਨ 90 ਵਿੱਚੋਂ 87.5 ਨੰਬਰ ਲੈ ਕੇ ਪਾਸ ਕੀਤੀ ਗਈ। ਸੋ ਸਾਰੇ ਹੀ ਨਗਰ ਦੇ ਅਤੇ ਗੁਰਮ ਸੇਵਾ ਲਹਿਰ ਦੇ ਸਹਿਯੋਗ ਨਾਲ ਇਹ ਕੈਂਪ ਲੱਗਿਆ, ਬਹੁਤ ਹੀ ਵਧੀਆ, ਜਿਸ ਵਿੱਚ ਕਿ 42 ਬੱਚਿਆਂ ਨੇ ਇਨਾਮ ਪ੍ਰਾਪਤ ਕੀਤੇ, 42 ਬੱਚਿਆਂ ਨੇ ਹਿੱਸਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।